ਨੁਸਰਤ ਪਰਵੀਨ ਮੇਰਾ ਨਾਮ ਆ ਮੈਂ 134/16 ਤੋਂ ਆਈ ਹਾਂ 2.5 ਸਾਲ ਤੋਂ ਮੇਰੇ ਪੇਟ 'ਚ ਦਰਦ ਸੀ ਮੈਂ ਪ੍ਰਾਈਵੇਟ ਹੋਸਪਿਟਲ 'ਚੋਂ ਵੀ ਦਵਾਈਆਂ ਲਈਆਂ ਸਰਕਾਰੀ 'ਚੋਂ ਵੀ ਲਈਆਂ ਅਤੇ ਜਦੋਂ ਮੈਂ ਦਵਾਈ ਮੇਰੀ ਖਤਮ ਹੋ ਜਾਂਦੀ ਸੀ ਤਾਂ ਪੇਟ 'ਚ ਦਰਦ ਫਿਰ ਸ਼ੁਰੂ ਹੋ ਜਾਂਦਾ ਸੀ ਡਾਕਟਰ ਨੇ ਕਿਹਾ ਵੀ ਤੇਰੇ ਪਿੱਤੇ 'ਚ ਪੱਥਰੀਆਂ ਵਾ ਉਹਦਾ ਆਪਰੇਸ਼ਨ ਹੋਊਗਾ ਅਤੇ ਮੇਰੇ ਮੀਆਂ ਦੀ ਤਨਖਾਹ ਇੰਨੀ ਜ਼ਿਆਦਾ ਨਹੀਂ ਸੀ ਆਪਰੇਸ਼ਨ ਇੰਨਾ ਮਹਿੰਗਾ ਕੈਮਰੇ ਵਾਲਾ ਨਹੀਂ ਸੀ ਕਰਵਾ ਸਕਦੀ ਫਿਰ ਸਾਨੂੰ ਇੱਥੋਂ ਕਿਸੇ ਨੇ ਡਾਕਟਰ ਅਜ਼ਮਾਨ ਆਬਦ ਦਾ ਦੱਸਿਆ ਵੀ ਉਹਦੇ ਕੋਲ ਇੱਕ TH ਅਦਾਰਾ ਵਾ ਅਤੇ ਉਹ ਫਰੀ ਆਪਰੇਸ਼ਨ ਕਰਦੇ ਆ ਕੈਮਰੇ ਵਾਲਾ ਫਿਰ ਮੈਂ ਇੱਥੋਂ ਆ ਕੇ ਪਤਾ ਕੀਤਾ ਅਤੇ ਮੇਰੀ ਪ੍ਰੋਫਾਈਲ ਬਣ ਗਈ ਫਰੀ ਵਾਲੀ ਅਤੇ ਫਿਰ ਇੱਥੋਂ ਡਾਕਟਰ ਅਜ਼ਮਾਨ ਆਬਦ ਨੇ ਮੈਨੂੰ ਫੋਨ ਕੀਤਾ ਵੀ ਤੇਰਾ ਆਪਰੇਸ਼ਨ ਆ 27 ਤਰੀਕ ਨੂੰ 27 ਤਰੀਕ ਨੂੰ ਮੇਰਾ ਕੈਮਰੇ ਵਾਲਾ ਪਿੱਤੇ ਦਾ ਆਪਰੇਸ਼ਨ ਹੋ ਗਿਆ ਵਾ ਸਟਾਫ ਨੇ ਮੇਰੀ ਦੇਖਭਾਲ ਵੀ ਸਹੀ ਕੀਤੀ ਆ ਡਾਕਟਰ ਰਜ਼ਵਾਨ ਆਬਦ ਜਿਹੜੇ ਉਹ ਵੀ ਬਹੁਤ ਅੱਛੇ ਆ ਉਹਨੇ ਅੱਛੇ ਤਰੀਕੇ ਦੇ ਨਾਲ ਗੱਲਬਾਤ ਸੁਣੀ ਆ ਫਾਈਲ ਮੇਰੀ ਬਣਵਾਈ ਆ ਅਤੇ ਮੇਰਾ ਆਪਰੇਸ਼ਨ ਹੋ ਗਿਆ ਪਿੱਤੇ ਦਾ ਮੈਂ ਹੁਣ ਸਿਹਤਯਾਬ ਹੋ ਗਈ ਹਾਂ ਟੀ